ਅਜਿਹੀ ਬੇਹਾਦ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਸੀ ਜਦੋਂ ਮੁਕਸਰ ਸਾਹਿਬ ਤੋਂ ਫਰੀਦਕੋਟ ਜਾ ਰਹੀ ਦੀਪ ਬੱਸ ਸਰਵਸ ਪਿੰਡ ਚਭੇਲਾਲੀ ਦੇ ਵਿੱਚ ਤੰਗ ਪੁਲ ਦੇ ਕਾਰਨ ਨਹਿਰ ਦੇ ਵਿੱਚ ਡਿੱਗ ਪਈ ਸੀ ਤੇ ਕਿੰਨੇ ਲੋਕ ਸਵਾਰ ਸੀ ਲੋਕ ਜਾਣਨਾ ਚਾਹੁੰਦੇ ਸੀ ਬਹੁਤ ਹੀ ਜਿਆਦਾ ਦਰਦਨਾਕ ਜਿਹੜਾ ਹਾਸਾ ਸੀ 6570 ਸਵਾਰੀਆਂ ਜਿਹੜੀਆਂ ਵਿੱਚ ਮजूद ਸੀ ਤੇ ਹੁਣ ਤਿੱਕਰ ਪ੍ਰਸ਼ਾਸਨ ਵੱਲੋਂ ਇਹ ਅੰਕੜਾ ਦਿੱਤਾ ਗਿਆ ਹੈ ਤੇ 20 ਤੋਂ 22 ਲੋਕ ਸੀ ਜਿਹੜੇ ਬੱਸ ਦੇ ਵਿੱਚ ਜਿਹੜੇ ਸਵਾਰ ਸੀ ਜਿਹੜੇ ਕੀ ਸਫਰ ਕਰ ਰਹੇ ਸੀ ਉਨ੍ਹਾਂ ਦੀ ਮੌਤ ਹੋ ਗਈ ਆ ਆਖਰ ਕੀ ਕਾਰਨ ਸੀ ਕਿ ਐਡਾ ਵੱਡਾ ਹਾਦਸਾ ਹੋ ਗਿਆ ਕਿਸ ਦੀ ਇੰਗੈਲੀ ਕਾਰਨ ਇਹ ਸਭ ਤੋਂ ਵੱਡਾ ਜਿਹੜਾ ਹਾਦਸਾ ਹੋਇਆ ਇਸ ਤੋਂ ਪਹਿਲਾਂ 1993 ਦੇ ਵਿੱਚ ਇਸੇ ਹੀ ਪੁਲ ਦੇ ਉੱਤੇ 19 ਤਰੀਕ ਨੂੰ ਜਿਹੜੀ বাস ਇੱਕ ਰੋਡਵੇਜ਼ ਦੀ ਜਿਹੜੀ ਨਹਿਰ ਦੇ ਵਿੱਚ ਡਿੱਗੀ ਸੀ ਜਿਸ ਦੇ ਵਿੱਚ ਲਗਭਗ 70 ਸਵਾਰੀਆਂ ਸਵਾਰ ਸਨ ਜਿਹੜੀਆਂ ਦੇ ਵਿੱਚੋਂ ਸਿਰਫ ਦੋ ਜਾਣਿਆਂ ਨੂੰ ਹੀ ਬਚਾਇਆ ਜਾ ਸਕਿਆ ਸੀ ਤੇ ਉਸ ਤੋਂ ਬਾਅਦ ਕੀ ਕਹਿਣਾ ਸੀ ਚਸ਼ਮਦੀਦ ਲੋਕਾਂ ਦਾ ਜਿਹੜੇ ਉੱਥੇ ਮजूद ਸੀ ਸੁਣੋ ਇਸ ਵੀਡੀਓ ਦੇ ਵਿੱਚੋਂ ਬੱਸ ਚੱਲੀ ਸੀ ਦੀਪ ਕੰਪਨੀ ਦੀ ਕੋਟਕਪੂਰਾ ਤੇ ਬੜੀਆਂ ਕੋਲੇ ਐਕਸੀਡੈਂਟ ਹੋ ਗਈ ਆ ਜਿੱਥੋਂ ਤੱਕ ਮੇਨ ਕਾਰਨਾਂ ਦਾ ਬਣਦਾ ਕਿ ਪੁਲ ਬਹੁਤ ਪੀੜਾ ਹੈ ਕਿ ਪਾਸੇ ਉਹ ਜਿਹੜੀ ਚੜਕਾ ਜਿਹੜੀ ਬਿਲਕੁਲ ਖੁੱਲੀ ਆ ਸੜਕ ਚੌੜੀ ਆ ਉਹ ਉਹ ਜਿਹੜੇ ਪੌਲਾ ਨਵੇਂ ਬਣਾਉਣੇ ਸੀ ਉਹ ਪੁਲ ਨਵਾਂ ਨਹੀਂ ਬਣਿਆ ਜਿਹੜੇ ਉੱਥੇ ਐਕਸੀਡੈਂਟ ਹੁੰਦੇ ਨੇ ਸਾਰੇ ਉਹ ਟੋਲ ਪਲਾਜੇ ਦੀ ਵਜ੍ਹਾ ਨਾਲ ਹੋ ਰਹੇ ਆ ਇਹ ਜਿੰਨੇ ਵੀ ਕੋਲ ਮਲਾ ਕੇ ਗਲਤੀ ਆ ਟੋਲ ਪਲਾਜੇ ਵਾਲਿਆਂ ਦੀ ਤੇ ਟੋਲ ਪਲਾਜੇ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੋ ਵੀ ਐਕਸੀਡੈਂਟ ਹੋਇਆ ਹੁੰਦਾ ਜੋ ਵੀ ਰਝਾਨਾ ਸਾਰਾ ਕਿ ਉਥੇ ਟੋਲ ਪਲਾਜੇ ਤੇ ਜਿੰਨੇ ਵੀ ਹੋਏ ਨੇ ਜੋ ਕੁਝ ਵੀ ਹੋਇਆ ਉਥੇ ਸਿਆਸਤੀ ਹੋਈ ਆ ਤੇ ਉਹਦਾ ਟੁਕਮਾ ਇਹਨਾਂ ਨੇ ਹੱਲ ਨਹੀਂ ਕੀਤਾ ਕੋਈ ਵੀ ਜਿਹੜੇ ਨਵੇਂ ਪੁਲ ਬਣਨੇ ਸੀ ਨਵੇਂ ਪੁਲਾਂ ਦਾ ਸਮਾਨ ਉਥੇ ਪਿਆ ਨਹੀਂ ਬਣਾਇਆ ਇਹਨਾਂ ਨੇ ਤੇ ਐਕਸੀਡੈਂਟ ਹੋਣ ਦਾ ਕਾਰਨ ਹੀ ਸਾਰਾ ਇਹ ਹੈ ਜੋ ਵੀ ਕਾਰਵਾਈ ਬਣਦੀ ਆ ਇਹ ਇਹ ਸਾਰੀ ਉਹ ਟੋਲ ਪਲਾਜੇ ਵਾਲਿਆਂ ਤੇ ਹੋਣੀ ਚਾਹੀਦੀ ਆ ਜੇ ਤੁਸੀਂ ਸਹਿਮਤ ਹੋ ਮੇਰੇ ਨਾਲ ਤੇ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ